ਦਾ ਗੌਰਵਮਈ ਇਤਿਹਾਸ ਜਿਸਨੇ ਕਿ ਆਪਣੇ ਗਰਭ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੁਕਾਈਆਂ ਹੋਈਆਂ ਹੈ। ਪਰ ਜੇ ਗੱਲ ਕਰੀਏ ਆਧੁਨਿਕਤਾ ਦੇ ਦੌਰ ਨੇ ਪੰਜਾਬ ਦੀਆਂ ਉਹ ਪ੍ਰਾਚੀਨ ਚੀਜ਼ਾਂ ਹੌਲੀ ਹੌਲੀ ਖਤਮ ਕਰ ਦਿੱਤੀਆਂ ਨੇ। ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ, ਅਸੀਂ ਆਪਣੇ ਉਹਨਾਂ ਆਧੁਨਿਕ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਕਿ ਜੋ ਚੀਜ਼ਾਂ ਸਾਡੀ ਜ਼ਿੰਦਗੀ ਦੀਆਂ ਜ਼ਰੂਰੀ ਲੋੜਾਂ ਸੀ। ਅਤੇ ਅੱਜ ਅਸੀਂ ਉਸ ਚੀਜ਼ ਬਾਰੇ ਗੱਲਬਾਤ ਕਰਾਂਗੇ ਜੋ ਕਿ ਕਦੇ ਹਰ ਘਰ ਦੀ ਇੱਕ ਲੋੜ ਹੁੰਦੀ ਸੀ, ਹਰ ਘਰ ਦੇ ਵਿੱਚ ਉਹ ਚੀਜ਼ ਮੌਜੂਦ ਸੀ। ਗੱਲ ਕਰਾਂਗੇ ਤੂਤਾਂ ਦੀ ਛੁੱਟੀਆਂ ਨਾਲ ਬਣਨ ਵਾਲਾ ਇਹ ਟੋਕਰਾ। ਮੈਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਇਹ ਟੋਕਰਾ ਜੋ ਕਿ ਤੂਤਾਂ ਦੀ ਛੁੱਟੀਆਂ ਤੋਂ ਬਣਿਆ, ਜਿਹਦੀ ਬਣਾਵਟ ਤੁਸੀਂ ਦੇਖ ਸਕਦੇ ਕਿੰਨੀ ਸੁੰਦਰ ਬਣਾਵਟ ਹੈ। ਸੋ ਇਸ ਵੇਲੇ ਇਹ ਜੋ ਬਜ਼ੁਰਗ ਬੈਠੇ ਨੇ ਉਹਨਾਂ ਦੇ ਨਾਲ ਹੋਰ ਦੋ ਭਾਈ ਸਾਹਿਬ ਬੈਠੇ ਨੇ ਜੋ ਕਿ ਟੋਕਰੇ ਬਣਾ ਰਹੇ ਨੇ। ਕਈ ਦਿਨਾਂ ਤੋਂ ਅਸੀਂ ਇਹਨੂੰ ਦੇਖ ਰਹੇ ਸੀ, ਅੱਜ ਇਹਨਾਂ ਕੋਲ ਆ ਕੇ ਗੱਲਬਾਤ ਕਰਨ ਦਾ ਸਾਨੂੰ ਮੌਕਾ ਮਿਲਿਆ, ਅਸੀਂ ਗੱਲਬਾਤ ਵੀ ਕਰਾਂਗੇ। ਇਸ ਵੇਲੇ ਜੋ ਕਿ ਇਹ ਨੂਰਪੀਰ ਤੋਂ ਰੂਪਨਗਰ ਨੂੰ ਜਾਣ ਵਾਲੇ ਮੁੱਖ ਮਾਰਗ 'ਤੇ ਪੈਂਦੇ ਪੈਟਰੋਲ ਪੰਪ ਅਤੇ ਮਧੂਰਮ ਵਾਟਿਕਾ ਸਕੂਲ ਦੇ ਬਿਲਕੁਲ ਨਜ਼ਦੀਕ ਤੂਤਾਂ ਵਾਲੇ ਬਾਗ ਦੇ ਬਾਹਰ ਸਥਿਤ ਨੇ, ਜਿੱਥੇ ਕਿ ਤੂਤਾਂ ਵਾਲੇ ਬਾਗ ਵਿੱਚ ਇਹ ਲੱਗੇ ਹੋਏ ਤੂਤਾਂ ਦੀਆਂ ਛਿੱਟੀਆਂ ਤੋਂ ਇਹ ਟੋਕਰੇ ਬਣਾਏ ਜਾਂਦੇ ਨੇ। ਸੋ ਟੋਕਰੇ ਦੀ ਬਣਾਵਟ ਇੱਕ ਵਾਰ ਅਸੀਂ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਇੱਕ ਕਲਾ ਹੈ ਜੋ ਕਿ ਪ੍ਰਾਚੀਨ ਸਮੇਂ ਵਿੱਚ ਮੌਜੂਦ ਸੀ, ਅੱਜ ਇਹ ਕਲਾ ਹੌਲੀ ਹੌਲੀ ਅਲੋਪ ਹੁੰਦੀ ਜਾ ਰਹੀ ਹੈ। ਆਧੁਨਿਕਤਾ ਨੇ ਜਿੱਥੇ ਕਿ ਸਾਡੀ ਇਹ ਪ੍ਰਾਚੀਨ ਕਲਾ ਨੂੰ ਖਤਮ ਕੀਤਾ ਹੈ, ਉੱਥੇ ਹੀ ਸਾਡੇ ਵਿਰਸੇ ਦੇ ਉੱਤੇ ਵੀ ਕਰਾਰੀ ਸੱਟ ਮਾਰੀ ਹੈ। ਸੋ ਬਿਲਕੁਲ ਜੀ, ਪਹਿਲੇ ਸਮੇਂ ਦੇ ਵਿੱਚ ਜੇ ਗੱਲ ਕਰੀਏ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਨਹੀਂ ਬਲਕਿ ਘਰ ਦੇ ਹਰ ਕੰਮਕਾਰ ਦੇ ਵਿੱਚ ਇਹਨਾਂ ਟੋਕਰਿਆਂ ਦੀ, ਛੋਟੀਆਂ ਛੋਟੀਆਂ ਟੋਕਰੀਆਂ ਦੀ ਲੋੜ ਪੈਂਦੀ ਸੀ। ਘਰ ਵਿੱਚ ਰੋਟੀ ਰੱਖਣ ਤੋਂ ਲੈ ਕੇ ਵੱਡੇ ਕੰਮਾਂ ਤੱਕ ਇਹ ਟੋਕਰ ਅਤੇ ਟੋਕਰੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਦੁਕਾਨਦਾਰਾਂ ਲਈ ਇਹ ਇਸੇ ਤਰ੍ਹਾਂ ਬੜੀਆਂ ਬੜੀਆਂ ਟੋਕਰੇ ਵਰਗੀਆਂ ਡੱਲਾਂ ਬਣਾਈਆਂ ਜਾਂਦੀਆਂ ਸੀ। ਸੋ ਅੱਜ ਇਹ ਵਿਰਸਾ ਖਤਮ ਹੋ ਗਿਆ ਹੈ। ਸੋ ਅਸੀਂ ਗੱਲਬਾਤ ਕਰਾਂਗੇ ਜੋ ਅੱਜ ਇੱਥੇ ਮੌਜੂਦ ਨੇ ਭਾਈ ਸਾਹਿਬ ਕਿ ਉਹ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਅਤੇ ਕਿਸ ਤਰ੍ਹਾਂ ਇਹ ਕੰਮ ਚੱਲ ਰਿਹਾ ਹੈ। ਨਮਸਕਾਰ ਜੀ। ਹਾਂਜੀ ਨਮਸਕਾਰ ਜੀ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਵਿਜੇ ਕੁਮਾਰ ਹੈ ਜੀ। ਬਿਲਕੁਲ ਜੀ, ਹੋਰ ਸਾਹਮਣੇ ਦੇਖ ਕੇ ਗੱਲ ਕਰਨੀ ਹੈ ਜੀ। ਹਾਂਜੀ, ਕਿਉਂਕਿ ਅਸੀਂ ਇਹ ਗੱਲ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਕਿਉਂਕਿ ਇਹ ਵਿਰਸਾ ਜੋ ਕਿ ਹੌਲੀ ਹੌਲੀ ਖਤਮ ਹੋ ਰਿਹਾ ਹੈ। ਕਿਹੜੇ ਇਲਾਕੇ ਤੋਂ ਤੁਸੀਂ ਇੱਥੇ ਪਹੁੰਚੇ ਹੋ? ਅਸੀਂ ਚਮਕੌਰ ਸਾਹਿਬ ਇਲਾਕੇ ਤੋਂ ਪਹੁੰਚੇ ਜੀ। ਕਿਹੜਾ ਪਿੰਡ ਹੈ ਜੀ? ਸਾਡਾ ਪਿੰਡ ਹੈਗਾ ਜੀ ਬਜੀਤਪੁਰ, ਵੇਲੇ ਤੋਂ ਅੱਗੇ ਜੀ। ਠੀਕ ਹੈ ਜੀ। ਤੋ ਇਹ ਜੋ ਟੋਕਰਾ ਬਣਾਉਣ ਦਾ ਤੁਸੀਂ ਕੰਮ ਕਰ ਰਹੇ ਹੋ, ਕਿੰਨੇ ਸਾਲਾਂ ਤੋਂ ਕਰ ਰਹੇ? ਕਿੰਨੀਆਂ ਪੀੜ੍ਹੀਆਂ ਤੁਹਾਡੀਆਂ ਕੰਮ? ਸਾਡੇ 50 ਸਾਲ ਸਾਡੇ ਬਜ਼ੁਰਗ ਕੰਮ ਕਰਦੇ ਪਹਿਲਾਂ ਜੀ। ਅਸੀਂ ਵੀ ਛੋਟੇ ਛੋਟੇ ਕੰਮ ਸਿੱਖ ਗਏ, ਹੌਲੀ ਹੌਲੀ ਟੋਕਰੇ ਲੱਗੇ ਬਣਾਉਣ। ਹੁਣ ਬਜ਼ੁਰਗ ਬੁੜੇ ਹੋ ਗਏ ਸਾਡੇ, ਹੁਣ ਅਸੀਂ ਲੱਗੇ ਬਣਾਉਣ ਜੀ ਟੋਕਰੇ। ਜੋ ਇਹ ਤੁਸੀਂ ਟੋਕਰਾ ਤਿਆਰ ਕਰਦੇ ਹੋ ਇਹ ਨਿਰੋਲ ਤੂਤ ਦੀ ਛੁੱਟੀ ਦਾ ਬਣਦਾ ਹੈ? ਹਾਂ, ਨਿਰੋਲ ਛੁੱਟੀ ਦਾ ਬਣਦਾ ਜੀ, ਮਜ਼ਬੂਤ ਛੁੱਟੀ ਦਾ। ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਥੋੜ੍ਹਾ ਦੱਸ ਦਿਓ? ਇਹ ਛਾਂਕ ਕੇ ਆ, ਜਿੱਦਾਂ ਆਹ ਹੁਣ ਤਿਆਰ ਕੀਤਾ ਜਾਂਦਾ, ਪਹਿਲਾਂ ਸਾਫ਼ ਕਰਨੀ ਆ, ਵੱਢਣੀ ਆ, ਛਾਂਕ ਕੇ ਫਿਰ ਇੱਥੇ ਲਿਆਉਣੀ ਆ, ਫਿਰ ਅਸੀਂ ਤਿਆਰ ਕਰਨਾ, ਥੱਲਾ ਬੰਨਣਾ, ਫਿਰ ਹੀ ਬਾੜ ਬੰਨਣੀ ਅਤੇ ਤਾਂ ਤਿਆਰ ਟੁਕੜਾ ਹੋਣਾ। ਇੱਕ ਟੁਕੜਾ ਤਿਆਰ ਕਰਨ ਲਈ ਘੱਟੋ ਘੱਟ ਕਿੰਨਾ ਸਮਾਂ ਲੱਗਦਾ? 1 ਘੰਟਾ ਲੱਗ ਜਾਂਦਾ ਜੀ ਇੱਕ ਟੁਕੜਾ ਤਿਆਰ ਕਰਨ ਨੂੰ। ਇਹ ਜੋ ਤੁਸੀਂ ਟੋਕਰੇ ਬਣਾ ਰਹੇ ਹੋ, ਮੈਂ ਇੱਕ ਵਾਰ ਤੁਸੀਂ ਉੱਠ ਕੇ ਸਾਡੇ ਨਾਲ ਆਓਗੇ, ਜੋ ਅਲੱਗ ਅਲੱਗ ਕਿਸਮ ਦੇ ਟੋਕਰੇ ਹੈ, ਵੱਡੇ ਹੈ, ਛੋਟੇ ਹੈ, ਇਹ ਟੋਕਰੇ ਇਸ ਦੇ ਵਿੱਚ ਕਿੰਨੇ ਪ੍ਰਕਾਰ ਦੇ ਟੋਕਰੇ ਤੁਹਾਡੇ ਵੱਲੋਂ ਬਣਾਏ ਜਾਂਦੇ ਨੇ? ਇੱਕ ਪ੍ਰਕਾਰ ਤਾਂ ਆਹ ਹੋ ਗਈ ਜੀ, ਇਹ ਛੋਟੀ ਹੋ ਗਈ ਜਿਹੜੀਆਂ ਆਪਾਂ ਗੋਹੇ ਕੁੜੀ ਨੂੰ ਆਲੂ ਪਿਆਜ਼ ਰੱਖਣ ਵਾਸਤੇ, ਉਹ ਗੋਹੇ ਵਾਸਤੇ ਹੋ ਗਈ ਜੀ। ਇਹ ਪੱਠਿਆਂ ਵਾਸਤੇ ਹੋ ਗਿਆ ਜੀ, ਉਹ ਪੱਠਿਆਂ ਵਾਸਤੇ ਹੋ ਗਿਆ ਇੱਕ, ਉਹ ਵੀ ਪੱਠਿਆਂ ਵਾਸਤੇ ਬੜਾ ਟੋਕਰਾ। ਅੱਛਾ ਜੀ। ਆਲੂ ਪਿਆਜ਼ ਜੋ ਮਰਜ਼ੀ ਘਰ 'ਚ ਵਰਤ ਸਕਦਾ ਬੰਦਾ। ਮੈਂ ਗੱਲ ਕਰਾਂ ਅੱਜ ਦਾ ਜੋ ਦੌਰ ਹੈ, ਮਹਿੰਗਾਈ ਦਾ ਦੌਰ ਹੈ, ਇਹ ਟੋਕਰੇ ਤੁਸੀਂ ਵੇਚ ਰਹੇ ਹੋ, ਕਿੰਨੇ ਕੁ ਤੱਕ ਟੋਕਰਾ ਵਿਕ ਜਾਂਦਾ ਹੈ? ਇਹ 'ਚ ਤਾਂ ਮਿਹਨਤ ਬਹੁਤ ਹੁੰਦੀ ਹੈ, ਪਹਿਲਾਂ ਛਿੜੀਆਂ ਸਾਨੂੰ ਮੁੱਲ ਲੈ ਕੇ ਲਾਉਣੀਆਂ ਪੈਂਦੀਆਂ ਜ਼ਿਮੀਦਾਰ ਕੋਲੋਂ, ਫਿਰ ਸਾਨੂੰ ਕਿਰਾਇਆ ਲਾਉਣਾ ਪੈਂਦਾ ਜੀ, ਆ ਕੇ ਸਾਨੂੰ ਇੱਥੇ ਗੇਰਨੀ ਆ ਕੇ ਸਾਨੂੰ ਕਿਰਾਇਆ ਪਹਾੜੇ 'ਚ ਪੈ ਕੇ ਸਾਨੂੰ ਉਹੀ 5-7-10 ਕੁ ਰੁਪਏ ਨਗ ਮਗਰ, 20 ਰੁਪਏ ਨਗ ਮਗਰ ਬਚਦੇ ਆ ਬਸ। ਮਤਲਬ ਇੱਕ ਟੋਕਰਾ ਕਿੰਨੇ ਕੁ ਦਾ ਮਾਰਕੀਟ ਜੀ ਤੁਸੀਂ ਵੇਚ ਰਹੇ ਹੋ? ਵੇਚ ਰਹੇ ਹੋ ਉੱਥੇ ਕੋਈ 80 ਦੇ ਦਿੰਦਾ ਜੀ, ਕੋਈ 60 ਦੇ ਦਿੰਦਾ, ਇੰਨੇ ਕੁ ਟੋਕਰੇ ਦਾ ਮਿਹਨਤ ਦਾ ਮੁੱਲ ਪੂਰਾ ਹੋ ਜਾਂਦਾ ਕਿ ਨਹੀਂ? ਸਾਨੂੰ ਮੁੱਲ ਦਾ ਦਿਹਾੜੀ ਉਹ ਪੈਂਦੇ 100-200 ਬਚ ਗਿਆ, ਕਦੇ 250 ਬਚ ਗਿਆ, ਇੰਨਾ ਕੁ ਬਚ ਵੀ ਤਾਂ ਬਚ ਨਹੀਂ। ਜੀ ਸਾਡੇ ਨਾਲ ਮੌਜੂਦ ਹੈ ਬਾਬਾ ਜੀ, ਤੁਸੀਂ ਵੀ ਆਓ, ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ ਗੱਲ ਕਰੀਏ, ਹੁਣ ਮਹਿੰਗਾਈ ਦਾ ਦੌਰ ਹੈ, ਟੋਕਰੇ ਬਣਾਉਂਦੇ ਹੋ, ਕਿੰਨੇ ਟੋਕਰੇ ਇੱਕ ਦਿਨ 'ਚ ਵਿਕ ਜਾਂਦੇ ਹੈ? ਬਾਜੀ ਕਿਤਨੇ 10 ਵਿਕ ਜਾਂਦੇ, ਕਿਤਨੇ 15 ਵਿਕ ਜਾਂਦੇ, ਬਾਕੀ ਫਿਰ ਠੇਕੇਦਾਰ ਲੈ ਜਾਂਦੇ ਹੈ। ਕਿਆ ਟੋਕਰਾ ਵੇਚ ਕੇ ਤੁਹਾਡਾ ਗੁਜ਼ਾਰਾ ਹੋ ਰਿਹਾ ਹੈ? ਨਹੀਂ ਜੀ, ਗੁਜ਼ਾਰਾ ਨਹੀਂ ਹੋ ਰਿਹਾ, ਸਾਡੀ ਹੋਰ ਲਾਤ ਤਾਂ ਕਰਦੀ ਨਹੀਂ ਕੰਮ, ਅਸੀਂ ਉਹ ਕਰਦੇ ਹਾਂ ਜਿਹੜੇ ਬੁੜੇ ਬੰਦੇ ਹੋਰ ਕਰ ਨਹੀਂ ਸਕਦੇ। ਤੁਸੀਂ ਖੁਦ ਕਿੰਨੇ ਸਾਲ ਤੋਂ ਕਰ ਰਹੇ ਹੋ? ਮੈਂ ਤਾਂ 50-14 ਸਾਲ ਦਾ, ਤਾਂ ਹੁਣ 72 ਸਾਲ ਦੀ ਉਮਰ। ਅੱਛਾ, ਲਗਾਤਾਰ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹਾਂ। ਹਾਂਜੀ, ਜੇ ਅਸੀਂ ਗੱਲ ਕਰੀਏ ਕਿਤੇ ਨਾ ਕਿਤੇ ਸਾਡਾ ਇਹ ਜੋ ਵਿਰਸਾ ਖਤਮ ਹੋ ਰਿਹਾ, ਆਧੁਨਿਕਤਾ ਦੇ ਦੌਰ, ਆਧੁਨਿਕ ਚੀਜ਼ਾਂ ਆ ਗਈਆਂ, ਪਲਾਸਟਿਕ ਆ ਗਿਆ, ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਨੁਕਸਾਨ ਸੀ, ਇਹਨਾਂ ਚੀਜ਼ਾਂ ਦੇ ਕਿੰਨੇ ਫਾਇਦੇ ਇਸ ਚੀਜ਼ ਦੇ? ਸਾਡਾ ਫੇਲ ਬੜਾ ਕੰਮ ਰਿਹਾ, ਫੇਲ ਆ ਜੀ, ਕ੍ਰੇਟਾਂ ਨੇ ਕਰਤਾ, ਪਹਿਲਾਂ ਕ੍ਰੇਟਾਂ ਨੇ ਸਾਡੇ ਲਾ ਦਿੰਦੇ,
अच्छा काम हौली हौली खत्म होता जा रहा जी, मैं तुहाड़े मुताबिक आने वाले समय में पीढ़ी जो कि इस काम नूं देखण लई तरसेगी। सो मैं लास्ट में गल कहांगा भी तुसीं अपने लोकां नूं की मैसेज करोगे भी तुसीं दुबारा अपने विरसे नाल जुड़ो। असी तो ये कहने जो सा काम खत्म हो गया जो टू रुकी हम अभी गिजे हुए दिहाड़ी असं नहीं कर सकते, दिहाड़ी दे देंगे सू 300 रुपये दिहाड़ी देंगे मजदूर न, दिहाड़ी नहीं साड़ी बद जाएगी अभी करिए कजा भी गरीब बंदा। ठीक है जी। सो तुसी सुनिया इन्हां कोलों ये टोकरे जो कि किसी समय हर घर की लोड़ सी, अज दिन हौली हौली ये अलोप होता जा रहा है। चमकौर साहब के इलाके तो नूरबेदी इलाके पहुँच के तूतां वाले बाग के सामने सवेर तो लैके शाम तक रात हो जाती है, कली कली शीटी तोड़नी, उसनों सफाई करनी, घट के उस तो बाद टोकरा बनाना है, एक डेढ़ घंटे के बाद एक टोकरा बनता है, तो उस तो बाद भी इन्हों इन की मेहनत का मुल पूरा नहीं होता। गल कित मुकती है कि अज के आधुनिकता के दौर ने साडा विरसा खत्म किया है, पुराने लोगों के रुजगार से वड्डी सट मारी है, पर सानू अपने विरसे नाल मुड़ तो जुड़ना चाहिए क्योंकि वह कीमती गौरवमय तजिए वाला विरसा साडा अजिहा विरासती विरसा से जिसने कि सानू बहुत सारिया अजिहिया चीज़ा दित्तियां जिसनों अज भी असी उसका आनंद माण रहे हैं। सो अपने सहयोगी प्रदीप तमान के नाल मेरा पंजाब न्यूज़ तो दिनेश हलन नूरपुर बेदी।